ਹੈਲੋ ਐਵਰੀਵਨ, ਕੀ ਹਾਲ ਚਾਲ? ਠੀਕ ਠਾਕ ਹੋਵੋਗੇ? ਹੋਪਸ ਹੋ ਕੇ ਸਾਰੇ ਵਧੀਆ। ਅਤੇ ਆਪਾਂ ਮੀਂਹ ਦੇ ਵਿੱਚ ਇੰਜੋਏ ਕਰ ਰਹੇ ਹਾਂ, ਕਿਉਂ ਤੁਹਾਨੂੰ ਪਤਾ ਹੀ ਆ ਕੈਨੇਡਾ ਦੇ ਵਿੱਚ ਮੀਂਹ ਜਾਂ ਸਨੋਅ ਤਾਂ ਪੈਂਦੀ ਹੋ ਰਹਿੰਦੀ ਆ, ਪਰ ਜਦੋਂ ਗਰਮੀ ਪੈਂਦੀ ਹੈ ਫਿਰ ਉਹ ਵੀ ਸਾਡੇ ਨਾਲੋਂ ਵੱਧ ਹੁਣ ਕਾਫੀ ਪੈਣ ਲੱਗ ਗਈ ਆ। ਅਤੇ ਆਪਾਂ ਤੁਹਾਨੂੰ ਇੱਕ ਨਵੀਂ ਜਗ੍ਹਾ 'ਤੇ ਲੈ ਕੇ ਚੱਲਦੇ ਹਾਂ। ਆਪਾਂ ਸੋਚਿਆ ਕਿ ਹੁਣ ਥੋੜ੍ਹੇ ਜਿਹਾ ਕੇ ਆਲੇ ਦੁਆਲੇ ਉਰੇ ਮਤਲਬ ਐਕਸਪਲੋਰ ਕੀਤਾ ਜਾਵੇ ਅਤੇ ਆਪਾਂ ਵੀਡੀਓ ਦੇ ਵਿੱਚ ਕਵਰ ਕੀਤਾ ਜਾਵੇ। ਅਤੇ ਬਾਕੀ ਜਿਵੇਂ ਵੀ ਜੋ ਵੀ ਕੈਪਚਰ ਕਰਨੀ ਹੋ ਚੀਜ਼ ਆਪਾਂ ਕੈਪਚਰ ਕਰਕੇ ਤੁਹਾਨੂੰ ਦਿਖਾਉਂਦੇ ਹਾਂ। ਅਤੇ ਆ ਜਾਓ ਫਿਰ ਚੱਲੀਏ ਆਪਾਂ ਅਗਲੀ ਜਗ੍ਹਾ 'ਤੇ, ਨਾਲੇ ਮੀਂਹ ਨੂੰ ਇੰਜੋਏ ਕਰੀਏ। ਮੀਂਹ ਪੈ ਰਿਹਾ ਪੂਰਾ। ਆਪਾਂ ਪਹੁੰਚ ਚੁੱਕੇ ਹਾਂ ਮਿਊਜ਼ੀਅਮ ਆਫ ਲਾਈਟ, ਉੱਪਰ ਕੈਨੇਡਾ ਦੇ ਝੰਡੇ ਲੱਗੇ ਹੋਏ ਨੇ। ਆਪਾਂ ਕਰਦੇ ਹਾਂ ਐਂਟਰੀ ਇੱਧਰ ਜੀ, ਦੇਖਦੇ ਹਾਂ ਕੀ ਕੁਛ ਅੰਦਰ। ਆ ਜਾਓ ਫਿਰ ਚੱਲੀਏ, ਤੁਹਾਨੂੰ ਦਿਖਾਉਂਦੇ ਹਾਂ ਅੱਜ ਜਹਾਜ਼। ਹਾਂਜੀ, ਜਿਵੇਂ ਕਿ ਆਪਾਂ ਐਂਟਰੀ ਕਰ ਚੁੱਕੇ ਹਾਂ ਅਤੇ ਵੜਦੇ ਅੰਦਰ ਜਾਂਦੇ ਸਾਰ ਹੀ ਪਹਿਲਾਂ ਆਪਾਂ ਗਏ ਉੱਥੇ ਉਹ ਏਰੀਆ ਦੇ ਵਿੱਚ ਜਿੱਥੇ ਮਤਲਬ ਜਹਾਜ਼ਾਂ ਦੇ ਇੰਜਣ ਵਗੈਰਾ ਪਏ ਨੇ। ਹਰ ਇੱਕ ਦਾ ਨਾਮ ਅਲੱਗ ਅਲੱਗ ਆ, ਇੰਜਣ ਅਲੱਗ ਅਲੱਗ ਨੇ, ਮਤਲਬ ਫਸਟ ਟਾਈਮ ਦੇਖ ਰਿਹਾ ਮੈਂ ਇੱਦਾਂ ਦਾ ਵਿਊ, ਉਹ ਵੀ ਅੱਖਾਂ ਨਾਲ, ਕਿ ਇੰਨੇ ਹੈਵੀ ਤੋਂ ਹੈਵੀ ਇੰਜਣ ਪਏ ਨੇ, ਮਤਲਬ ਕੁਛ ਕਹਿ ਹੀ ਨਹੀਂ ਸਕਦਾ ਮੈਂ। ਅਤੇ ਅਲੱਗ ਅਲੱਗ ਨੇਮ ਨੇ ਹਰ ਇੱਕ ਦੇ, ਅਤੇ ਦੇਖ ਕੇ ਮਤਲਬ ਵਧੀਆ ਲੱਗਿਆ ਕਿ ਫਸਟ ਟਾਈਮ ਲਾਈਫ ਦੇ ਵਿੱਚ ਕੁਛ ਇੱਦਾਂ ਦਾ ਦੇਖ ਰਿਹਾ ਵਾਂ। ਅਤੇ ਸਾਰਾ ਕੁਛ ਮਤਲਬ ਲਿਖਿਆ ਸੀ, ਪੂਰੀ ਨੌਲੇਜ ਵਗੈਰਾ ਦਿੱਤੀ ਹੋਈ ਸੀਗੀ। ਅਤੇ ਆ ਗਏ ਬਾਹਰ ਜਿੱਥੇ ਮਤਲਬ ਇਹਨਾਂ ਦੀਆਂ ਬਾਹਰਲੇ ਵਿਊ ਨੇ। ਆ ਸਨੋ ਬਰਡਸ, ਇਸ ਜਹਾਜ਼ ਦਾ ਨੇਮ ਆ ਇਹਨਾਂ ਦਾ। ਇਹ ਉਹ ਜਹਾਜ਼ ਨੇ ਜਿਹੜੇ ਆਰਮੀ ਦੇ ਵਿੱਚ ਵਰਤੇ ਜਾਂਦੇ ਨੇ ਕੈਨੇਡਾ ਵੱਲੋਂ, ਅਤੇ ਮਤਲਬ ਉਰੇ ਦਿਖਾਏ ਹੋਏ ਨੇ ਹੁਣ ਇਹ। ਹਾਂਜੀ, ਹੁਣ ਆਪਾਂ ਆ ਚੁੱਕੇ ਹਾਂ ਅੱਗੇ, ਅਤੇ ਇਹ ਸਮਾਲ ਜਹਾਜ਼ ਆ ਪਹਿਲਾਂ ਵਾਲੇ ਨਾਲੋਂ। ਇਹਦੇ ਵਿੱਚ ਜਿਵੇਂ ਕਿ ਤੁਸੀਂ ਫੋਟੋ ਵਗੈਰਾ ਵੀ ਕਰਵਾ ਸਕਦੇ ਹੋ, ਇੱਥੇ ਲੋਕ ਕਾਫੀ ਜ਼ਿਆਦਾ ਦੇਖਣ ਆਉਂਦੇ ਨੇ ਇਹਨਾਂ ਨੂੰ। ਇਹ ਸਭ ਤੋਂ ਵੱਡਾ ਜਹਾਜ਼ ਆ ਅਤੇ ਇਹਦੇ ਵਿੱਚ ਆਪਾਂ ਅੰਦਰ ਵੀ ਗਏ ਹਾਂ। ਅਤੇ ਆਹ ਅੰਦਰਲਾ ਵਿਊ ਆ, ਕੁਛ ਦੇਖੋ ਤੁਸੀਂ ਕਿਵੇਂ ਦਾ ਵਿਊ ਆ, ਕਿੰਨੇ ਮਤਲਬ ਗੇਅਰ ਗੂਰ ਜੇ ਕਿੰਨੇ ਨੇ, ਮੀਟਰ ਮੂਟਰ ਜੇ ਕਿੰਨੇ ਨੇ, ਮੈਨੂੰ ਤਾਂ ਇਹਨਾਂ ਬਾਰੇ ਪਤਾ ਵੀ ਨਹੀਂ ਗਾ। ਫਸਟ ਟਾਈਮ ਮੈਂ ਦੇਖ ਰਿਹਾ ਸੀਰੀਅਸਲੀ, ਅਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਵਾ। ਅਤੇ ਮਤਲਬ ਕੁਛ ਅਲੱਗ ਹੀ ਫੀਲ ਜਿਹਾ ਆਉਂਦਾ ਵਾ ਇਹਨਾਂ ਨੂੰ ਦੇਖ ਕੇ, ਇਹ ਜਹਾਜ਼ਾਂ ਨੂੰ ਦੇਖ ਕੇ ਵਧੀਆ ਲੱਗ ਰਿਹਾ ਵਾ। ਅਤੇ ਆਹ ਉਸ ਤੋਂ ਜ਼ਿਆਦਾ ਛੋਟਾ ਜਹਾਜ਼ ਆ ਗਿਆ, ਜੋ ਪਹਿਲਾਂ ਆਪਾਂ ਦੇਖਿਆ ਸੀ ਉਸ ਤੋਂ ਜ਼ਿਆਦਾ ਛੋਟਾ ਆ ਗਿਆ। ਅਤੇ ਆਹ ਆਰਮੀ ਦਾ ਜਹਾਜ਼ ਆ ਗਿਆ, ਦੇਖੋ ਇਹ ਉਹ ਜਹਾਜ਼ ਨੇ ਜਿਹੜੇ ਪਹਿਲਾਂ ਕੈਨੇਡਾ ਆਰਮੀ ਯੂਜ਼ ਕਰਦੀ ਸੀਗੀ। ਅਤੇ ਦੇਖੋ ਕਿੰਨਾ ਮਤਲਬ ਇੱਥੇ ਸਾਰਾ ਕੁਝ ਦਿਖਾਇਆ ਹੋਇਆ ਇਹਨਾਂ ਨੇ। ਕਹਿੰਦੇ ਇਹ ਫਸਟ ਟਾਈਮ ਓਪਨ ਕੀਤਾ ਵਾ ਇਹ, ਮਤਲਬ ਇੱਦਾਂ ਲੋਕਾਂ ਨੂੰ ਦਿਖਾਉਣ ਦੇ ਲਈ। ਪਹਿਲਾਂ ਇਹ ਸ਼ਾਇਦ ਨਹੀਂ ਓਪਨ ਕਰਦੇ ਸੀਗੇ, ਪਰ ਹੁਣ ਇਹਨਾਂ ਨੇ ਮਤਲਬ ਇੱਥੇ ਸਕੂਲ ਟ੍ਰਿਪ ਵਗੈਰਾ ਵੀ ਆਉਂਦੇ ਨੇ, ਜਾਂ ਕਹਿ ਲਓ ਉਰੇ ਜਿਹੜੇ ਜੋਬਸ ਵਗੈਰਾ ਕਰਦੇ ਨੇ ਵਧੀਆ ਜੋਬਸ, ਉਹ ਵੀ ਆਉਂਦੇ ਨੇ ਇੱਥੇ ਇਹਨਾਂ ਨੂੰ ਦੇਖਣ ਸਾਰਿਆਂ ਨੂੰ, ਜਹਾਜ਼ਾਂ ਵਗੈਰਾ ਨੂੰ। ਕਿਉਂਕਿ ਕਈ ਤੁਹਾਨੂੰ ਪਤਾ ਆਰਮੀ ਲਵਰਸ ਹੁੰਦੇ ਨੇ, ਉਹਨਾਂ ਨੂੰ ਵੀ ਵਧੀਆ ਲੱਗਦੇ ਨੇ ਸਾਰੇ ਜਹਾਜ਼। ਅਤੇ ਆਹ ਦੇਖੋ, ਪਰ ਇਹਨਾਂ ਦੇ ਇੰਜਣ ਵਗੈਰਾ ਕੱਢੇ ਹੋਏ ਨੇ ਉੱਦਾਂ, ਮਤਲਬ ਬਾਡੀਸ ਵਗੈਰਾ ਨੇ ਇਹ। ਹਾਂ, ਇੱਧਰ ਦੇਖੋ, ਇਹ ਥੱਲੇ ਜਿਵੇਂ ਕਹਿ ਲਓ ਮਿਜ਼ਾਈਲ ਵਗੈਰਾ ਸਿੱਟਦੇ ਹੁੰਦੇ ਨੇ, ਆਹ ਥੱਲੋਂ ਉੱਦਾਂ ਸਿੱਟਣ। ਆਹ ਦੇਖੋ, ਦਿਖਾਈ ਹੋਈ ਸਾਰਾ ਕੁਛ ਉੱਦਾਂ ਹੀ ਦਿਖਾਇਆ ਹੋਇਆ ਉਹ ਬਿਲਕੁਲ ਹੀ, ਮਤਲਬ ਕੋਈ ਦੇਖ ਕੇ ਇਹਨਾਂ ਨੂੰ ਜੱਜ ਕਰ ਹੀ ਨਹੀਂ ਸਕਦਾ ਕਿ ਇਹ ਮਤਲਬ ਇੰਜਣ ਤੋਂ ਬਿਨਾਂ ਖੜ੍ਹੇ ਨੇ। ਇੱਦਾਂ ਹੀ ਲੱਗਦਾ ਕਿ ਬਿਲਕੁਲ
ਮਤਲਬ ਨਵੇਂ ਜਹਾਜ਼ ਨੇ ਹੁਣੀ ਮਤਲਬ ਬਸ ਚੜ੍ਹ ਜਾਣਗੇ ਉੱਪਰ ਅਸਮਾਨ ਦੇ। ਦੇਖੋ ਕਿੰਨੇ ਵਧੀਆ ਲੱਗਦਾ ਮਾਹੌਲ, ਮੀਂਹ ਪੈ ਰਿਹਾ ਸੀਗਾ ਪਰ ਫਿਰ ਵੀ ਲੋਕ ਬਹੁਤ ਹੀ ਜ਼ਿਆਦਾ ਆ ਰਹੇ ਸੀਗੇ ਹਜੇ ਵੀ, ਮਤਲਬ ਬਹੁਤ ਵਧੀਆ ਲੱਗਦਾ ਵਾ। ਅਤੇ ਹੁਣ ਆਪਾਂ ਇੱਥੋਂ ਬਾਹਰ ਦੇਖ ਕੇ ਹੁਣ ਆਪਾਂ ਅੰਦਰ ਐਂਟਰੀ ਕਰ ਚੁੱਕੇ ਹਾਂ, ਜਿਹੜਾ ਇਹਨਾਂ ਦਾ ਅੰਦਰ ਵਰਕਸ਼ਾਪ ਵਗੈਰਾ ਬਣੀ ਹੋਈ ਆ। ਮਤਲਬ ਇੱਕ ਜਸਟ ਨਾਂ ਦੀ ਵਰਕਸ਼ਾਪ ਆ ਬਟ ਅੰਦਰ ਮਤਲਬ ਜੋ ਆਪਾਂ ਨਹੀਂ ਦੇਖਿਆ ਉਹ ਆ। ਦੇਖੋ ਸਾਰੇ ਅਲੱਗ ਅਲੱਗ ਜਹਾਜ਼ ਦਿਖਾਏ ਹੋਏ ਨੇ ਇਹਨਾਂ ਨੇ, ਇਹ ਦੇਖੋ ਉੱਪਰ ਵੀ ਟੰਗੇ ਹੋਏ ਨੇ, ਮਤਲਬ ਛੋਟੇ ਤੋਂ ਛੋਟਾ ਜਹਾਜ਼ ਵੀ ਅੰਦਰ ਰੱਖਿਆ ਹੋਇਆ ਵਾ। ਆਹ ਦੇਖੋ ਇਹ ਰੀਅਲ ਜਹਾਜ਼ ਨੇ, ਮਤਲਬ ਕੁਛ ਕੁ ਇਹਨਾਂ ਨੇ ਮਤਲਬ ਜਿਵੇਂ ਮਾਡਲ ਵਗੈਰਾ ਰੱਖੇ ਹੋਏ ਨੇ ਜਹਾਜ਼ਾਂ ਦੇ ਜਿਹੜੇ ਰੀਅਲ ਨਹੀਂ ਹੈਗੇ। ਅਤੇ ਸਾਰੇ ਤਰ੍ਹਾਂ ਦੇ ਜਹਾਜ਼ ਦਿਖਾਏ ਹੋਏ ਨੇ ਕਿ ਬਸ ਤੁਸੀਂ ਦੇਖਦੇ ਹੀ ਰਹਿ ਜਾਓਗੇ। ਅਤੇ ਆਹ ਦੇਖੋ ਇੱਧਰ, ਇਹ ਤਾਂ ਇੱਦਾਂ ਹੀ ਲੱਗਦਾ ਕਿ ਹੁਣ ਹੀ ਨਵੇਂ ਰੱਖੇ ਹੁੰਦੇ ਨੇ ਬਸ ਪੇਂਟ ਕਰਕੇ। ਹਾਂਜੀ ਆਹ ਯੂਨੀਫਾਰਮ ਦਿਖਾਈ ਹੋਈ ਇਹਨਾਂ ਨੇ, ਇੱਕ ਬੁੱਤ ਸੀਗਾ ਜਿਹਦੇ ਉੱਤੇ ਯੂਨੀਫਾਰਮ ਪਾਈ ਹੋਈ ਸੀ। ਅਤੇ ਆਹ ਦੇਖੋ RCMP ਜੋ ਮਤਲਬ ਉਰੇ ਦੀ ਫੌਜ ਵਗੈਰਾ ਦਾ ਉਹਨੇ ਯੂਨੀਫਾਰਮ। ਆਹ ਦੇਖੋ ਮਾਡਲ ਵਗੈਰਾ ਦਿਖਾਏ ਜਹਾਜ਼ਾਂ ਦੇ ਸਾਰਿਆਂ ਦੇ, ਨਿੱਕੇ ਮਤਲਬ ਜੋ ਅੱਜ ਦੇ ਟਾਈਮ ਚੱਲ ਰਹੇ ਨੇ ਇਹ। ਅਤੇ ਆਹ ਪੁਰਾਣੀ ਯੂਨੀਫਾਰਮਾਂ ਨੇ ਮਤਲਬ ਹੁਣ ਤੱਕ ਦੀਆਂ ਜਿਹੜੀਆਂ ਇਹਨਾਂ ਨੇ ਦਿਖਾਈਆਂ ਹੋਈਆਂ ਨੇ ਇਕੱਲੀਆਂ ਇਕੱਲੀਆਂ। ਅਤੇ ਆਹ ਸਾਰੇ ਇਹਨਾਂ ਦੇ ਦੇਖੋ ਪਹਿਲਾਂ ਇੱਦਾਂ ਦੀਆਂ ਯੂਨੀਫਾਰਮਸ ਹੁੰਦੀਆਂ ਸੀਗੀਆਂ, ਪਰ ਟਾਈਮ ਦੇ ਅਕੋਰਡਿੰਗ ਇਹ ਚੇਂਜ ਹੁੰਦੀਆਂ ਗਈਆਂ। ਤਾਂ ਫਿਰ ਉਹ ਦੇਖੋ ਅੱਗੇ ਦੇ ਅੱਗੇ ਜਹਾਜ਼ ਨੇ ਜਿਹੜੇ ਸਾਰੇ ਖੜ੍ਹੇ ਨੇ ਇੱਥੇ। ਅਤੇ ਅੱਗੇ ਫਿਰ ਆਪਾਂ ਤੁਹਾਨੂੰ ਆਹ ਦੇਖੋ ਇੱਧਰ ਬਿਲਕੁਲ ਇੱਦਾਂ ਹੀ ਲੱਗਦਾ ਕਿ ਬੰਦਾ ਰੀਅਲ ਹੀ ਖੜ੍ਹਾ ਵਾ। ਪਹਿਲਾਂ ਤਾਂ ਅਸੀਂ ਦੇਖਿਆ ਸੋਚਿਆ ਕਿ ਰੀਅਲ ਹੀ ਆ ਪਰ ਜਦੋਂ ਕੋਲ ਦੇਖਿਆ ਜਾ ਕੇ ਫਿਰ ਬੁੱਤ ਜਿਹਾ ਸੀਗਾ। ਇਹ ਦੇਖੋ ਸਾਰਾ ਕੁਛ, ਸ਼ਾਇਦ ਤੁਸੀਂ ਵੀ ਇੰਜੋਏ ਕਰਦੇ ਹੋਵੋਗੇ ਵਲੌਗ। ਆਈ ਨੋ ਕਿ ਥੋੜ੍ਹਾ ਬੋਰਿੰਗ ਹੋ ਸਕਦਾ ਵਾ ਕਿਉਂਕਿ ਇਹਦੇ ਵਿੱਚ ਜਸਟ ਇੱਕ ਆਰਮੀ ਦੇ ਜਹਾਜ਼ ਦਿਖਾਏ ਗਏ ਨੇ, ਨੌਲੇਜ ਬਹੁਤ ਜ਼ਿਆਦਾ ਆ ਇਹਦੇ ਵਿੱਚ। ਜੇ ਤੁਸੀਂ ਉੱਥੇ ਜਾਓ ਤਾਂ ਬਹੁਤ ਵਧੀਆ ਲੱਗਦਾ ਵਾ, ਇਕੱਲੀ ਇਕੱਲੀ ਚੀਜ਼ ਨੂੰ ਮਤਲਬ ਇੰਟਰੋਡਿਊਸ ਕੀਤਾ ਹੋਇਆ ਇਹਨਾਂ ਨੇ, ਮਤਲਬ ਪੂਰਾ ਡਿਸਕ੍ਰਾਈਬ ਕੀਤਾ ਹੋਇਆ ਵਾ ਸਾਰਾ ਕੁਛ ਕਿ ਕਿਵੇਂ ਆ ਇਹਦਾ ਮੈਪ ਵਗੈਰਾ ਵਾ ਟ੍ਰੇਨਿੰਗ ਦਾ ਸਾਰਾ ਕੁਛ ਮਤਲਬ ਉਰੇ ਪਿਆ ਵਾ। ਤੁਸੀਂ ਇਕੱਲੀ ਇਕੱਲੀ ਚੀਜ਼ ਦੀ ਨੌਲੇਜ ਉਰੋਂ ਲੈ ਸਕਦੇ ਹੋ ਕਿ ਇੰਜਣ ਨੇ ਕੀ ਮਤਲਬ A to Z। ਮਤਲਬ ਮੈਨੂੰ ਖੁਦ ਨਹੀਂ ਸਮਝ ਲੱਗਦੀ ਕਿ ਮੈਂ ਕਿਵੇਂ ਐਕਸਪਲੇਨ ਕਰਾਂ, ਪਰ ਬਹੁਤ ਵਧੀਆ ਵਾ, ਜਾਣਾ ਚਾਹੀਦਾ ਵਾ, ਨੌਲੇਜ ਮਿਲ ਜਾਂਦੀ ਆ ਇਕੱਲੀ ਇਕੱਲੀ ਚੀਜ਼ ਦੀ। ਆਹ ਦੇਖੋ ਇੱਦਾਂ ਜਿਹੜਾ ਅੰਦਰਲਾ ਮਾਹੌਲ ਹੁੰਦਾ ਵਾ ਜਹਾਜ਼ ਦੇ ਅੰਦਰਲਾ ਦਿਖਾਇਆ ਹੋਇਆ ਕੁਛ ਇੱਦਾਂ ਦਾ, ਯੂਨੀਫਾਰਮ ਵਗੈਰਾ ਪਈ ਹੁੰਦੇ ਨੇ। ਆਹ ਇਕੱਲੇ ਇਕੱਲੇ ਮਾਡਲ ਰੱਖੇ ਹੋਏ ਨੇ, ਇਕੱਲੇ ਇਕੱਲੇ ਦੇਸ਼ ਦੇ ਇਹਨਾਂ ਨੇ ਰੱਖੇ ਹੋਏ ਨੇ, ਦੇਖ ਲਓ ਸਾਰੇ ਕਿਤੇ, ਕੋਈ ਮੈਨੂੰ ਲੱਗਦਾ ਦੇਸ਼ ਨਹੀਂ ਛੱਡਿਆ ਹੋਇਆ। ਇੰਡੀਆ ਦੇ ਵੀ ਉਰੇ ਪਏ ਨੇ ਅਤੇ A to Z ਮਤਲਬ ਪਸੈਂਜਰਸ ਵਾਲੇ ਅਲੱਗ ਨੇ, ਆਰਮੀ ਵਾਲੇ ਅਲੱਗ ਨੇ, ਜਹਾਜ਼ ਇਕੱਲਾ ਇਕੱਲਾ ਜਹਾਜ਼ ਪਿਆ ਵਾ, ਦੇਖ ਲਓ ਕਿੰਨਾ ਮਜ਼ਾ ਆਉਂਦਾ ਦੇਖ ਕੇ ਇਹਨਾਂ ਚੀਜ਼ਾਂ ਨੂੰ। ਬਹੁਤ ਹੀ ਜ਼ਿਆਦਾ ਫਨ ਵੀ ਆ ਅਤੇ ਨੌਲੇਜ ਵਾਲੀਆਂ ਚੀਜ਼ਾਂ ਵੀ ਬਹੁਤ ਨੇ, ਜਿਨ੍ਹਾਂ ਦਾ ਤਾਂ ਇੰਟਰਸਟ ਹੈ ਉਹ ਉਹਨਾਂ ਨੂੰ ਇੱਥੇ ਜ਼ਰੂਰ ਜਾਣਾ ਚਾਹੀਦਾ ਵਾ। ਕਿਉਂਕਿ ਹੁਣ ਇਹ ਖੁਦ ਕਹਿ ਰਹੇ ਸੀਗੇ ਜੋ ਇਹਨਾਂ ਦੀ ਮਤਲਬ ਦੇਖ ਰੇਖ ਕਰ ਰਹੇ ਨੇ ਵੀ ਹੁਣ ਓਪਨਲੀ ਕਰ ਚੁੱਕੇ ਹਾਂ ਆਪਾਂ ਇਹਨੂੰ ਲੋਕਾਂ ਦੇ ਲਈ, ਅਤੇ ਦੇਖ ਸਕਦੇ ਨੇ ਲੋਕ ਇਹਨਾਂ ਨੂੰ ਆ ਕੇ ਨੌਲੇਜ ਇਕੱਠੀ ਕਰ ਸਕਦੇ ਨੇ।
ਹਾਂਜੀ ਹੁਣ ਆਪਾਂ ਅੰਦਰੋਂ ਦੇਖ ਕੇ ਬਾਹਰ ਜਿਹੜੀ ਇਹਨਾਂ ਦੇ ਮਤਲਬ ਦੁਕਾਨ ਜੀ ਬਣਾਈ ਹੈ ਛੋਟੀ ਜਿਹੀ, ਆਪਾਂ ਉੱਥੇ ਆ ਚੁੱਕੇ ਹਾਂ ਅਤੇ ਇੱਥੇ ਮਤਲਬ ਮਾਡਲ ਵਗੈਰਾ ਰੱਖੇ ਹੋਏ ਨੇ ਜੇ ਤੁਸੀਂ ਕਿਸੇ ਨੂੰ ਗਿਫਟ ਕਰਨਾ ਜਾਂ ਤੁਸੀਂ ਘਰ ਲੈ ਕੇ ਜਾਣਾ ਵਾ, ਇਹ ਸਾਰਾ ਕੁਛ ਇੱਥੇ ਇਹਨਾਂ ਨੇ ਰੱਖਿਆ ਹੋਇਆ ਵਾ। ਹਾਂਜੀ ਇਹ ਸੀਗਾ ਆਪਣਾ ਟੂਰ ਮਿਊਜ਼ੀਅਮ ਆਫ ਲਾਈਟ ਦਾ ਕੈਨੇਡਾ ਦਾ। ਇੱਥੇ ਕਾਫੀ ਕੁਝ ਦੇਖਣ ਨੂੰ ਮਿਲਿਆ ਆਪਾਂ ਨੂੰ। ਕੀ ਦੇਖਣ ਨੂੰ ਮਿਲਿਆ? ਜਹਾਜ਼ ਉਤਰਦੇ ਚੜ੍ਹਦੇ ਨੇ ਯਾਰ, ਠੀਕ ਹੈ ਨਾ, ਤਾਂ ਕਰਕੇ। ਪਰ ਉਰੇ ਕਾਫੀ ਚੀਜ਼ ਦੇਖਣ ਨੂੰ ਮਿਲਿਆ, ਮਤਲਬ ਇੰਡੀਆ ਦੇ ਵਿੱਚ ਤਾਂ ਆਪਾਂ ਕਦੇ ਦੇਖੀ ਨਹੀਂ ਸੀ ਇਹ ਚੀਜ਼ਾਂ, ਤੇ ਉਰੇ ਆਪਾਂ ਨੇ ਮਤਲਬ ਦੇਖਿਆ। ਮੀਂਹ ਵੀ ਪੈਂਦਾ ਪਰ ਫਿਰ ਵੀ ਆਪਾਂ ਇੰਜੋਏ ਕੀਤਾ ਜਿੰਨਾ ਕਰ ਸਕੇ। ਮਤਲਬ ਹਰ ਇੱਕ ਦਾ ਜਹਾਜ਼ ਦਾ ਪੁਰਜਾ ਪੁਰਜਾ ਖੋਲਿਆ ਪਿਆ ਇਹਨਾਂ ਨੇ, ਇੰਜਨ ਲੈਦਾ ਵਾ, ਬੋਡੀ ਲੈਦਾ, ਮਤਲਬ ਸਹੀ ਆ, ਓਕੇ ਆ। ਤੇ ਜਿਹੜੇ ਮਤਲਬ ਇਸ ਚੀਜ਼ ਨੂੰ ਲੈ ਕੇ ਕਹਿ ਲਾ ਵੀ ਜਿਹਨਾਂ ਦਾ ਇੰਟਰਸਟ ਆ ਉਹ ਉਰੇ ਆ ਸਕਦੇ ਨੇ, ਮਤਲਬ ਇਕੱਲੀ ਇਕੱਲੀ ਚੀਜ਼ ਨੂੰ ਨੇੜਿਓਂ ਦੇਖ ਸਕਦੇ ਨੇ। ਵੀਡੀਓ ਦੇ ਵਿੱਚ ਫਿਰ ਵੀ ਯਾਰ ਜਿੰਨਾ ਮਰਜ਼ੀ ਵੀਡੀਓ ਬੰਦਾ ਕਵਰ ਕਰ ਲਏ ਪਰ ਫਿਰ ਵੀ ਉਹ ਚੀਜ਼ਾਂ ਰਹਿ ਜਾਂਦੀਆਂ ਨੇ, ਕਵਰ ਨਹੀਂ ਹੁੰਦੀਆਂ। ਪਰ ਜਿਹੜਾ ਕਹਿ ਲਓ ਵੀ ਤੋਂ ਅਸੀਂ ਰੀਅਲ ਅੱਖਾਂ ਨਾਲ ਇੰਜੋਏ ਕਰ ਸਕਦੇ ਹਾਂ, ਠੀਕ ਹੈ ਨਾ। ਅਤੇ ਮੀਂਹ ਫਿਰ ਪਈ ਜਾਂਦਾ, ਮੀਂਹ ਹਾਰਡਿੰਗ ਗਿਆ, ਮੀਂਹ ਤੇਜ਼ ਆ ਗਿਆ, ਬਿਲਕੁਲ ਤੇਜ਼ ਮੀਂਹ ਆ ਹੁਣ। ਹਾਂ ਮੀਂਹ ਦਾ ਨਾਂ ਲਿਆ ਅਤੇ ਮੀਂਹ ਤੇਜ਼ ਹੋ ਗਿਆ। ਅਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ, ਆਪਾਂ ਇਹ ਵੀਡੀਓ ਕਰਦੇ ਇੱਥੇ ਐਂਡ। ਹੋਪਸ ਹੋ ਗਿਆ ਤੁਸੀਂ ਇਹਨੂੰ ਵਧੀਆ ਲੱਗਿਆ ਹੋਊਗਾ। ਹੁਣ ਆਪਣੀ ਕੋਸ਼ਿਸ਼ ਇਹ ਆ ਕਿ ਚਲੋ ਫਨ ਦੇ ਨਾਲ ਨਾਲ ਕੁਛ ਨੌਲੇਜ ਵਾਲੀਆਂ ਚੀਜ਼ਾਂ ਵੀ ਇਕੱਠੀਆਂ ਕੀਤੀਆਂ ਜਾਣ, ਕਿ ਇਨ ਫਿਊਚਰ ਜੇ ਕਦੇ ਆਪਾਂ ਨੇ ਦੇਖੀਆਂ ਦੇਖਣੀਆਂ ਹੋਣ ਤਾਂ ਕਦੇ ਵੀ ਆਪਾਂ ਓਪਨ ਕਰ ਸਕਦੇ ਹਾਂ ਆਪਣੀ ਵੀਡੀਓ, ਅਤੇ ਦੇਖ ਸਕਦੇ ਹਾਂ ਵੀ ਕਿੱਥੇ ਆ ਕਿੱਥੇ ਨਹੀਂ। ਅਤੇ ਇਹ ਸੀਗਾ ਲੈਂਗਲੀ, ਕੈਨੇਡਾ ਲੈਂਗਲੀ ਦੇ ਵਿੱਚ ਮੀਂਹ ਤੇਜ਼ ਹੋ ਚੁੱਕਿਆ, ਪੂਰਾ ਮੀਂਹ ਤੇਜ਼ ਹੋ ਚੁੱਕਿਆ, ਤੁਸੀਂ ਦੇਖ ਲਓ ਪੂਰਾ ਤੇਜ਼ ਮੀਂਹ ਪੈ ਰਿਹਾ ਵਾ। ਹਾਂ ਅਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਇਹ ਤੁਹਾਨੂੰ ਵਧੀਆ ਲੱਗੀ ਹੋਊਗੀ ਇਹ ਵੀਡੀਓ। ਓਕੇ ਟੇਕ ਕੇਅਰ, ਬਾਏ ਬਾਏ।